वाहेगुरु जी का खालसा वाहेगुरु जी की फतेह। संगतां नूं दिवाली दीआं लख लख वधाईआं, महाराज दीआं बंदी छोड़ दिवस दीआं लख लख वधाईआं। ए सारी मुसलमान पंजाब वास्ते गुरां दे नाम ते सारिआं नूं ए समागम दीआं लख लख वधाईआं। और गुरुद्वारा गुरु नानक प्रकाश पुरी जी ने कैलीफोर्निया जो दमदमे चकचाल की रहनुमाई हेट चलाया जा रहा, इतने बंदी छोड़ दिवस और दिवाली का त्यौहार संगत रल मिल के मना रही ने, जिते पटाके चल रहे हैं, किधरे गुरमत समागम हो रहे हैं, इस बहुत थावान से लंगर लगे हुए हैं। संगत का सवेर तो ही बहुत सारा भारी इकट्ठ जुड़ रहा है, संगत आ रही ने, संगत जा रही ने, तो बहुत सारिया संगत इतने आ के पटाके चला रही ने, फायरवर्क हो रहा। गल की नवा पंजाब बसया, इस पंजाब दे विच देखते हैं होर की कुछ है, तो आओ ले चलते तुम चलते समागम दे विच। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਉਪਕਾਰੀ, ਦਲ ਭਜਨ ਗੁਰ ਸੂਰਮਾ, ਵਡ ਜੋੜਾ ਬਹੁ ਕਰ ਉਪਕਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਚਤੁਰਦਾਸ ਅਰ ਮੂਲਾ ਦੋਏ, ਹੁਤੇ ਕਪੂਰ ਜਾਤ ਕੇ ਸੋਏ, ਫਾੜੂ ਗਾੜੂ ਵਿੱਚ ਸੋਚਾਰ, ਚੱਲ ਆਏ ਸਤਿਗੁਰ ਕੇ ਦੁਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਜੀ ਨੇ ਪਰਮ ਪਵਿੱਤਰ ਹਜ਼ੂਰੀ ਅੰਦਰ ਇਕੱਤਰ ਹੋ ਰਹੀ ਸਾਧ ਸੰਗਤ ਜੀ, ਆਪ ਜੀ ਦੇ ਬਹੁਤ ਬਹੁਤ ਵੱਡੇ ਭਾਗ ਹਨ, ਜਿਨ੍ਹਾਂ ਨੂੰ ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੈ ਉਡੀਨਾ। ਬੰਦੀ ਛੋੜ ਦਾਤਾ ਮੇਰੀ ਪੀੜ੍ਹੀ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬੰਦੀ ਛੋੜ ਦਿਵਸ ਦੀਪਮਾਲਾ ਦੇ ਜੋੜ ਮੇਲੇ ਨੂੰ ਮਨਾਉਂਦਿਆਂ ਹੋਇਆਂ ਦਮਦਮੀ ਪ੍ਰਸਾਦ ਜਥੇਬੰਦੀ ਦੀ ਬ੍ਰਾਂਚ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਪ੍ਰਿਜ਼ਨ ਵਿਖੇ ਤਨ ਮਨ ਧਨ ਦੁਆਰਾ ਹਾਜ਼ਰੀ ਭਰਨ ਦਾ ਸ਼ੁੱਭ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸ਼ਾਮ ਸੰਧਿਆ ਦੇ ਦੀਵਾਨ ਸੱਜ ਰਹੇ ਹਨ, ਜਿਸ ਵਿੱਚ ਸੋਹਦਰ ਸ੍ਰੀ ਰਹਿਰਾਜ ਸਾਹਿਬ ਜੀ ਦੀ ਗੁਰਬਾਣੀ ਦੇ ਪਾਠ ਹੋਏ ਹਨ। ਉਬਰੰਕਾਰ ਦੀ ਆਰਤਾ ਅਤੇ ਹੋਰ ਗੁਰਬਾਣੀ ਦੇ ਰਸ ਭਿੰਦੇ ਸ਼ਬਦਾਂ ਦੇ ਕੀਰਤਨ ਆਪ ਸੰਗਤ ਨੇ ਸਰਵਣ ਕਰਕੇ ਲਾਹਾ ਪ੍ਰਾਪਤ ਕੀਤਾ ਹੈ। ਅੱਜ ਦਾ ਉਹ ਮਹਾਨ ਦਿਨ ਹੈ ਜਿਸ ਦਿਨ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਦਲ ਭੰਜਨ ਗੁਰ ਸੂਰਮਾ, ਵਾਹਿਗੁਰੂ ਦਾ ਬਹੁ ਕਰ ਉਪਕਾਰੀ। ਦਲਾਂ ਨੂੰ ਜੰਗ ਦੇ ਵਿੱਚ ਭਾਂਜ ਦੇਣ ਵਾਲੇ ਅਤੇ ਮਹਾਨ ਪਰਉਪਕਾਰੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗਵਾਲੀਅਰ ਖਤਰਨਾਕ ਕਿਲ੍ਹੇ ਦੇ ਵਿੱਚ ਜਿਹੜੇ ਰਾਜੇ ਕੈਦੀ ਸਨ, ਉਮਰ ਕੈਦੀ,
ਉਹਨਾਂ ਉਮਰ ਕੈਦੀ ਰਾਜਿਆਂ ਨੂੰ ਰਿਹਾ ਕਰਵਾ ਕੇ ਮਹਾਨ ਪਰਉਪਕਾਰ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਗਵਾਲੀਅਰ ਦੀ ਧਰਤੀ ਤੋਂ ਦਿੱਲੀ ਅਤੇ ਦਿੱਲੀ ਦੀ ਧਰਤੀ ਤੋਂ ਜਿਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਹਿੰਦੁਸਤਾਨ ਦਾ ਜੋ ਬਾਦਸ਼ਾਹ ਹੈ ਉਸਦਾ ਵਜ਼ੀਰੇ ਰਾਜ ਪਠਾਨ ਮੇਲੇ ਵਿੱਚ ਰਾਜ ਸੀ ਬਹੁਤ ਵੱਡੀ ਸੱਤਾ ਦੀ ਤਾਕਤ ਹੈ। ਤੂੰ ਜੋ ਮੇਰੀ ਸ਼ੂਗਰ ਫ੍ਰੀ ਸਾਦਾ ਪਾਣੀ ਲੰਗਰ ਵਰਤ ਰਹੇ ਹਨ। ਸੋ ਜਿੱਥੇ ਜਿੱਥੇ ਵੀ ਸੇਵਾ ਦੀ ਲੋੜ ਪੈ ਰਹੀ ਹੈ ਕੈਲੀਫੋਰਨੀਆ ਫਰੀਜਨੋ ਵਾਸਤੇ ਸਾਰੇ ਪੰਜਾਬੀ ਭਾਈਚਾਰੇ ਨੂੰ, ਸੰਸਾਰ ਵਿੱਚ ਵਾਏ ਸਾਰੇ ਸਿੱਖ ਭਾਈਚਾਰੇ ਨੂੰ, ਅੱਜ ਦੇ ਮੀਰੀ ਪੀੜ੍ਹੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬੰਦੀ ਛੋੜ ਦੇ ਦਿਵਸ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਸਾਰੇ ਸੰਸਾਰ ਪੱਧਰ 'ਤੇ ਮਨਾਇਆ ਜਾ ਰਿਹਾ, ਇਹਦੇ ਨਾਲ ਹੀ ਸਾਡਾ ਜਿਹੜਾ ਪੰਜਾਬੀਆਂ ਦਾ ਸਾਂਝਾ ਤਿਉਹਾਰ ਆ ਹਿੰਦੁਸਤਾਨੀਆਂ ਦਾ ਦੀਵਾਲੀ ਦੀ, ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਇਹ ਦੀਵਿਆਂ ਦਾ ਤਿਉਹਾਰ ਗਿਆਨ ਦਾ ਜਿਹੜਾ ਹੈਗਾ, ਭਾਈ ਗੁਰਦਾਸ ਜੀ ਆਪਣੀਆਂ ਵਾਰਾਂ 'ਚ ਲਿਖਦੇ ਆ ਕਿ ਦੀਵੇ ਅਸੀਂ ਬਾਹਰੇ ਬਾਲਣ ਦੀ ਬਜਾਏ ਜੇ ਅਸੀਂ ਅਕਲ ਦਾ ਦੀਵਾ ਗੁਰਬਾਣੀ ਦੀ ਰੋਸ਼ਨੀ ਬਾਲੀਏ ਸਾਡਾ ਜੀਵਨ ਸੁਧਰ ਸਕਦਾ। ਪੰਜਾਬ ਹਿੰਦੂ ਤੋਂ ਮੁਸਲਮਾਨ, ਪੰਜਾਬ ਵਾਸਤਾ ਗੁਰਾਂ ਦੇ ਨਾਂ 'ਤੇ ਸਾਰਿਆਂ ਨੂੰ ਇਹ ਸਮਾਗਮ ਦੀਆਂ ਲੱਖ ਲੱਖ ਵਧਾਈਆਂ, ਔਰ ਸਾਰਿਆਂ ਨੂੰ ਇਹ ਜਿਹੜੇ ਪੰਜਾਬ 'ਚ ਬੈਠੇ ਆ ਉਹਨਾਂ ਤੱਕ ਵੀ ਗੱਲ ਪਹੁੰਚਾਉਂਦੇ ਹਾਂ ਵੀ ਪੰਜਾਬ ਦੇ ਸਿੱਖੀ ਨੂੰ, ਵਿਰਸੇ ਨੂੰ, ਇੱਥੇ ਕੈਲੀਫੋਰਨੀਆ ਫਰਿੱਜ ਨੂੰ, ਜਿਹੜੀ ਗਦਰੀ ਬਾਬੇ ਦੀ ਧਰਤੀ ਆ, ਇੱਥੇ ਸਾਂਭ ਕੇ ਰੱਖਿਆ। ਕਿਵੇਂ ਗੁਰੂ ਘਰ ਧੂਮ ਧਾਮ ਦਾ ਸੰਗਤ ਆਇਆ, ਲੱਗਦਾ ਵੀ ਇੱਕ ਮਿੰਨੀ ਪੰਜਾਬ ਫਰਿੱਜ ਨੂੰ ਕੈਲੀਫੋਰਨੀਆ 'ਚ ਵੱਸਦਾ। ਸੋ ਇਹਦੇ ਨਾਲ ਹੀ ਮੈਂ ਸਾਡੇ ਜਿਹੜੇ ਉੱਘੇ ਨਾਮਾ ਨਿਗਾਰ ਹੈ, ਸਾਡੇ ਪੱਤਰਕਾਰ ਨੇ ਬਹੁਤ ਕੁਲਵੰਤ ਵੀ ਧਾਲ ਗਿਆ ਜੀ, ਨੀਟਾ ਮਾਛੀ ਕੇ ਗਰੁੱਪ ਆ ਜਿਹੜਾ ਹੈਗਾ, ਇਹ ਵੀ ਹਰ ਥਾਂ ਕਵਰੇਜ ਕਰਦੇ ਆ ਔਰ ਨਰਸਵਾਰ ਸੇਵਾ ਕਰਦੇ ਆ, ਇਹਨਾਂ ਨੂੰ ਇਸ ਕਵਰੇਜ ਕਰਨ 'ਤੇ ਔਰ ਗੁਰਮਤਿ ਸਮਾਗਮ ਦੀ ਲੱਖ ਲੱਖ ਵਧਾਈ ਦਿੰਦਾ। ਸਾਰੇ ਪੰਜਾਬੀਆਂ ਦੁਬਾਰਾ ਫਿਰ ਬੰਦੀ ਛੋੜ ਦਿਵਸ ਦੀ ਅਤੇ ਦੀਵਾਲੀ ਲੱਖ ਲੱਖ ਵਧਾਈ, ਭੁੱਲ ਚੱਕ ਦੀ ਖਿਮਾ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। Thank you.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ, ਮਹਾਰਾਜ ਦੀਆਂ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ। ਇਹ ਸਾਰੀ ਦੁਨੀਆਂ ਦੇ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ। ਸੱਚੇ ਪਾਤਸ਼ਾਹ ਹਜੇ ਤੱਕ ਗੁਰੂ ਘਰ ਚੱਲ ਰਿਹਾ ਦੀਵਾਨ, ਇਹ ਮਹਾਰਾਜ ਦੀ ਕਿਰਪਾ ਨਾਲ ਬੰਦੀ ਛੋੜ ਜਿਹੜੇ ਗਵਾਲੀਅਰ ਦੇ ਕਿਲ੍ਹੇ 'ਚੋਂ ਛੇਵੇਂ ਪਾਤਸ਼ਾਹ ਨੇ ਜਿੰਨੇ ਵੀ ਰਾਜੇ ਸੀਗੇ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਣੀ, ਜਿਵੇਂ ਅੱਜ ਵੀ ਬੰਦੀ ਸਿੰਘ ਛੱਡ ਨਹੀਂ ਰਹੇ, ਕਿੰਨਾ ਕੁ ਉਹਨਾਂ ਦੀਆਂ ਜੇਲ੍ਹਾਂ ਦੇ ਵਿੱਚੋਂ ਉਹਨਾਂ ਦੀਆਂ ਪੂਰੀਆਂ ਹੋ ਚੁੱਕੀਆਂ, ਸਜ਼ਾ ਫੇਰ ਵੀ ਨਹੀਂ ਛੱਡ ਰਹੇ। ਉਵੇਂ ਹੀ ਉਹਨਾਂ ਰਾਜਿਆਂ ਦਾ ਉਸ ਟਾਈਮ ਵੀ ਉਹਨਾਂ ਨੂੰ ਜੀ ਸੀ ਕੋਈ ਛੱਡ ਰਿਹਾ ਮੌਤ ਤੱਕ, ਉਹ ਛੇਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਸੀ ਜਿਨ੍ਹਾਂ ਨੇ ਇਹਨਾਂ ਨੂੰ ਛਡਾਇਆ। ਉਦੋਂ ਤੋਂ ਸਿੱਖ ਦੀਵਾਲੀ ਦੇ ਨਾਲ ਇਹ ਮਨਾ ਰਹੇ ਆ ਬੰਦੀ ਛੋੜ ਦਿਵਸ ਛੇਵੇਂ ਪਾਤਸ਼ਾਹ ਸਤਿਗੁਰ ਦਾ। ਇਹ ਬੰਦੀ ਦੁਨੀਆਂ ਦੇ ਵਿੱਚੋਂ ਵੀ ਆਪਾਂ ਬੰਦ ਖਲਾਸੀ 'ਚੋਂ ਨਿਕਲਣ ਵਾਸਤੇ ਉਹਦਾ ਸੱਚੇ ਪਾਤਸ਼ਾਹ ਦਾ ਲੜ ਲੱਗੀਏ, ਅੰਮ੍ਰਿਤ ਛਕੀਏ, ਨਾਮ ਜਪੀਏ, ਅਤੇ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਧਰੇ ਦੁਸਹਿਰਾ, ਕਿਧਰੇ ਦੀਵਾਲੀ, ਕਿਧਰੇ ਮੇਲੇ ਰਹੇ ਲਾ, ਜਿੱਥੇ ਗਏ ਪੰਜਾਬੀ ਉਹ ਤੁਸੀਂ ਲਿਆ ਪੰਜਾਬ ਵਸਾ, ਜਿੱਥੇ ਗਏ ਪੰਜਾਬੀ ਉਹ ਤੁਸੀਂ ਲਿਆ ਨਵਾਂ ਪੰਜਾਬ ਵਸਾ। ਇਸੇ ਤਰ੍ਹਾਂ ਦੀਵਾਲੀ ਦਾ ਤਿਉਹਾਰ ਅਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫ੍ਰਿਜ ਨੂੰ ਵਿਖੇ ਸੰਗਤਾਂ ਨੇ ਬੜੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ, ਜਿੱਥੇ ਆਤਿਸ਼ਬਾਜ਼ੀ ਹੋਈ ਅਤੇ ਗੁਰਮਤਿ ਸਮਾਗਮ ਹੋਏ ਅਤੇ ਯਾਦਗਾਰੀ ਹੋ ਨਿਬੜਿਆ। ਫ੍ਰਿਜ ਨੂੰ ਤੋਂ ਮੈਂ ਕੁਲਵੰਤ ਉੱਬੀ ਤਾਲੀਆਂ, ਕੈਮਰਾ ਅਮ੍ਰਿਤਾ ਉੱਬੀ ਨਾਲ।